ਵੱਡੇ ਕੱਪ ਦਿੱਤੇ ਜਾਣੇ ਆ ਮੱਖਣ ਤੇ ਚਾਹਣੇ ਦਾ ਸਨਮਾਨ ਕੀਤਾ ਜਾਣਾ ਨਾਲ 21 ਮਾਰਕਟ ਮੇਰੇ ਨੇੜੇ ਨੇ ਯਾਰ ਕਮੈਂਟਰ ਪਰਲੀ ਸਾਈਡ ਆ ਦੋਵੇਂ ਆਪਣੀਆਂ ਭੇਜਦਾ ਮੈਂ ਮੁੰਡੇ ਨੂੰ ਕਹਿਣੂ ਸਾਡੇ ਹੁਣੀ ਪੁੱਜੇ ਹੋਏ ਆ ਮਾਰਕਟ ਭੇਜਦਾ ਮੁੰਡੇ ਨੂੰ ਕਹਿਣੂ ਲਾਓ ਸਾਹਮਣੇ प्ले करो भाई क्या भाई रोडियां दी टीम सर्विस कर देती है भाई रोडियां वाले ने एक पॉइंट हो गया भाई टीम रोडियां दा रोडे एक पॉइंट जीरो एक चेंज है भाई आओ फाइनल मैच होने लगा मैच जिन्हों साना वाला पेड़ कहते शूटर डिफेंसर का जिन्हों एड गेड कहते लगे भाई कहता होने का लटकाने लगी है आओ साना वाला पेड़ है एक पासे मुंडा कहते प्राणा है ते दूजे पासे धालीवाल परिवार का मुंडा आया हुआ है टीम कहते दोवें बैलेंस टीम ने पर सामने धूड़ गोदिया कहते जज जजमेंट कर गया है कि आ बाल से फाउल है और नंबर थप्पड़ वाले ने खाते जा जुड़िया है मैच फाइनल है 21,000 रुपया दिता जाना पहले नंबर से आने वाली टीम नो सुखा कहते थप्पड़ वाली है नंबर का वाधा कर गया है अपनी टीम के लिए भी दसी नंबर है गंढ वाले कहीं हो गए दो एक पहले दो नंबर जोड़े थप्पड़ वाले के खाते आए थमने वाले थमन वाले कराए अनाउंसमेंट ओदी प्रगट दी यार भरा बना एक जाना उरे आयो माड़ा जा उरे आयो माड़ा जा दिलशान धालीवाल वालों 5,500 रुपया दिता जाना थमन वाला टीम थमन दे कप ते हां दिलशान ਨੇ ਥੰਮਣਾ ਹਾਂ ਥੰਮਣ ਵਾਲਾ ਟੀਮ ਨੂੰ ਦਸ਼ਾਂਤ ਧਾਲੀਵਾਲ ਵੱਲੋਂ 5,500 ਰੁਪਿਆ ਦਿੱਤਾ ਜਾਣਾ ਉਧਰ ਹੋਊਗਾ ਦਿਲਸ਼ਾਨ ਲਾਓ ਸਾਹਮਣੇ ਮੈਚ ਫਾਈਨਲ ਟੱਕਰ ਜਿਹੜੀ ਵੱਡੀ ਆ ਮੇਲਾ ਕਹਿੰਦੇ ਸਾਥੂ ਵਾਲੇ ਪਿੰਡ ਦਾ ਹੈ ਲਾਓ ਜੱਸੂ ਕਹਿੰਦੇ ਨੱਥੂ ਵਾਲੇ ਦੀ ਧਰਤੀ ਦਾ ਵੱਡੀਆਂ ਟਰਾਈਆਂ ਕਰ ਰਿਹਾ ਹੈ ਖੇਡ ਦੇ ਮੈਦਾਨ ਵਿੱਚ ਆਓ ਰਾਤਾਂ ਢਲਣ ਨੂੰ ਆਈਆਂ ਕੀਨੇ ਲੈਣੀਆਂ ਵਧਾਈਆਂ ਮੈਚ ਫਾਈਨਲ ਖੇਡਣ ਲਈ ਟੀਮਾਂ ਕਰਨ ਚੜਾਈਆਂ ਕਹਿਣ ਟੀਮਾਂ ਦੇ ਪਲੇਅਰ ਹੁਣ ਲਾਉਣੀ ਨਹੀਂ ਉਹ ਦੇਰ ਤੇ ਜਿੱਤ ਵਾਲੇ ਝੰਡੇ ਦੇ ਨੇ ਕੱਟ ਮਿੱਤਰਾ ਲੋਕੀ ਕੰਮ ਕਰ ਬੈਠੇ ਸਾਰੇ ਛੱਡ ਮਿੱਤਰਾ ਲੋਕੀ ਕੰਮ ਕਰ ਬੈਠੇ ਸਾਰੇ ਛੱਡ ਮਿੱਤਰਾ ਆਸ਼ੂ ਹੈ ਕਹਿੰਦੇ ਕਾਲੀਆਂ ਲਈ ਧਰਤੀ ਦਾ ਦਲਸ਼ਾਨ ਧਾਲੀਵਾਲ ਜੀ ਲੋ ਦਲਸ਼ਾਨ ਧਾਲੀਵਾਲ ਉਸ ਵੀਰ ਬੰਨੀਓ 5,500 ਦਾ ਮਾਣ ਕੀਤਾ ਜਾਵੇਗਾ ਥੰਮਣ ਵਾਲੇ ਦੀ ਟੀਮ ਦਾ ਵੱਡਾ ਧੰਨਵਾਦ ਹੈ ਦਲਸ਼ਾਨ ਧਾਲੀਵਾਲ ਸਾਡਾ ਵੀਰ ਕਹਿ ਰਿਹਾ ਹੈ ਆਪਾਂ ਥੰਮਣ ਦੀ ਟੀਮ ਦਾ 5,500 ਦਾ ਮਾਣ ਤੇ ਸਨਮਾਨ ਜਿਹੜਾ ਕਰਨਾ ਹੈ ਵਾਕਈ ਸਨਮਾਨ ਬਣਦੇ ਵੀ ਹੈ ਆਹ ਮੁੰਡਿਆਂ ਨੇ ਮਿਹਨਤਾਂ ਕੀਤੀਆਂ ਹੋਈਆਂ ਨੇ ਕਿ ਰਹਿ ਕੇ ਨਸ਼ਿਆਂ ਤੋਂ ਦੂਰ ਤੇ ਘਾਲਣੀ ਪੈਂਦੀ ਹੈ ਘਾਲਣਾ ਬੜਾ ਔਖਾ ਹੁੰਦਾ ਹੈ ਆਓ ਸਾਲ ਸੋਰ ਦਾ ਸਵਾਲਣਾ ਜੋ ਡਰਦੇ ਹਨੇਰਿਆਂ ਤੋਂ ਘਰੇ ਮੋੜ ਆਉਂਦੇ ਹੱਥ ਕੱਖ ਵੀ ਨਹੀਂ ਆਉਂਦਾ ਆਓ ਬਸ ਰਹਿੰਦੇ ਪਛਤਾਉਂਦੇ ਹੱਥ ਕੱਖ ਵੀ ਨਹੀਂ ਆਉਂਦਾ ਆਓ ਬਸ ਰਹਿੰਦੇ ਪਛਤਾਉਂਦੇ ਵਾਕਈ ਇੱਕ ਪਛਤਾਵਾ ਰਹਿ ਜਾਂਦਾ ਹੈ ਆਹ ਕਹਿੰਦੇ ਰੋਟੀਆਂ ਦਾ ਮੱਖਣ ਹੈ ਦੁਨੀਆ ਦਾ ਕਹਿੰਦੇ ਰੁਸਤ ਮਜੋੜਾ ਹੈ ਇੱਕ ਤਗੜੀ ਸਫਲਤਾ ਦਾ ਵਾਅਦਾ ਕਰ ਗਿਆ ਖਿਡਾਰੀ ਆਪਣੀ ਟੀਮ ਦੇ ਲਈ ਸਰਦਾਰ ਗਵੇਰ ਸਿੰਘ ਦੇ ਤਿੰਨ ਪੁੱਤਰ ਨੇ ਅੱਜ ਤਿੰਨ
ਨਹੀਂ ਕਹਿੰਦੇ ਵੱਡਾ ਹਿੱਸਾ ਬਣੇ ਹੋਏ ਆ ਲਓ ਹਿੱਸਾ ਬਣੇ ਗੰਡੂ ਵਾਲਾ ਕਹਿੰਦੇ ਚੋਰੀਆਂ ਦਾ ਮੁੰਡਾ ਵੱਡੀ ਗਲਤੀ ਕਰ ਗਿਆ ਕਿ ਚੋਰੀਆਂ ਦੇ ਕੰਨਾਂ ਵਿੱਚ ਉਹ ਕੱਚ ਦੀਆਂ ਮੁੰਦਰਾਂ ਮੁੰਦਰਾਂ ਨਿਸ਼ਾਨੀ ਨੇ ਫਕੀਰ ਦੀਆਂ ਤੇ ਪੱਲੇ ਪਾ ਗਈਆਂ ਫਕੀਰੀ ਪੱਲੇ ਪਾ ਗਈਆਂ ਫਕੀਰੀ ਅੱਖਾਂ ਹੀਰ ਦੀਆਂ ਬਾਕੀ ਸਾਹਮਣੇ ਆਓ ਸਾਹਮਣੇ ਜਮੇਰ ਸਿੰਘ ਜੁੰਮੇ ਦੇ ਕਹਿੰਦੇ ਮੁੰਡੇ ਖੇਡਦੇ ਆ ਦੁਨੀਆਂ ਤੱਕਦੀ ਆ ਆ ਗਿਆ ਚੱਕਾ ਵਾਲਾ ਆਓ ਬੱਲੇ ਬੱਲੇ ਹੋ ਗਈ ਆ ਹੁਣ ਪੇਚਾ ਐਨ ਬਰਾਬਰ ਦਾ ਚੜਾਈ ਕਹਿੰਦੇ ਚੂਪੇ ਦੀ ਵੀ ਅੱਤ ਵੀ ਆ ਤੇ ਸੁੱਖੇ ਨੇ ਵੀ ਬਿਨਾਂ ਢੋਲ ਤੋਂ ਦੁਨੀਆਂ ਦੇ ਭੰਗੜੇ ਪਵਾਏ ਹੋਏ ਆ ਐਨ ਬਾਲਾਂ ਦੀਆਂ ਸਪੀਡਾਂ ਪਰ ਬਾਲ ਜਿਹੜੀ ਆਊਗਾ ਇਹ ਦਸ ਵੀ ਯਾਰ ਜਾਂ ਬੱਤੀ ਤਿੰਨ ਤੇ ਦੋ ਤਿੰਨ ਨੰਬਰ ਜਿਹੜੇ ਰੋਡਿਆਂ ਦੇ ਦੋ ਤਿੰਨ ਦੋ ਨੰਬਰ ਆ ਰੋਡਿਆਂ ਦੇ ਔਰ ਤਿੰਨ ਨੰਬਰ ਨੇ ਜਿਹੜੇ ਉਹ ਥੰਮਣ ਵਾਲੇ ਦੀ ਟੀਮ ਦੇ ਨੇ ਇੱਕ ਪੁਆਇੰਟ ਦਾ ਫਰਕ ਹੈ ਫਾਈਨਲ ਦੀ ਟੱਕਰ ਜਿਹੜੀ ਆ ਰਹੀ ਹੈ ਇੱਧਰ ਕੱਪ ਵੀ ਬੜੇ ਵਧੀਆ ਤਿਆਰ ਜਿਹੜੇ ਕੀਤੇ ਹੋਏ ਨੇ ਪਹਿਲੇ ਤੇ ਦੂਜੇ ਦੇ ਨੰਬਰ ਆਉਣ ਵਾਲੀਆਂ ਟੀਮਾਂ ਨੂੰ ਜਿਹੜੇ ਸ਼ਾਨਦਾਰ ਕੱਪ ਵੱਡੀਆਂ ਟਰਾਫੀਆਂ ਦਿੱਤੀਆਂ ਜਾਣਗੀਆਂ ਬੈਸਟਾਂ ਦੇ ਲਈ ਵੀ ਵੱਡੇ ਮਾਣ ਤੇ ਸਨਮਾਨ ਜਿਹੜੇ ਕੀਤੇ ਜਾਣੇ ਆ ਲਓ ਕਿਹੜੇ ਅੱਜ ਦੇ ਬੈਸਟ ਵੱਧ ਗਏ ਇਤਿਹਾਸ ਕਹਿੰਦੇ ਬਣ ਚੁੱਕਿਆ ਮੇਰੇ ਮਿੱਤਰੋ ਸਾਥੂ ਵਾਲੇ ਪਿੰਡ ਜੋ ਹੋ ਗਿਆ ਨਾ ਅੱਜ ਇਹ ਕਿਤੇ ਕਿਤੇ ਦੇਖਣ ਨੂੰ ਮਿਲਦਾ ਹੈ ਕਿਉਂਕਿ ਸਿਆਣੇ ਕਹਿੰਦੇ ਆ ਕਿ ਨੀਤਾਂ ਸਾਫ ਤੇ ਸਭ ਕੁਝ ਮਾਫ ਕੋਈ ਬਾਹਲੀ ਐਡਵਰਟੀਜਮੈਂਟ ਨਹੀਂ ਕੀਤੀ ਆ ਖੇਡ ਮੇਲੇ ਦੀ ਨੀਤੇ ਐਨ ਝੱਕ ਕੱਢ ਦੀ ਦੁਨੀਆ ਫੇਸਬੁੱਕ ਤੇ ਬਈ ਗੱਡੀ ਦੇਣੀ ਆ ਗੱਡੀ ਦੇਣੀ ਹੈ ਅੱਜ ਗੱਡੀ ਵੀ ਦਿੱਤੀ ਹੈ ਤੇ ਬਾਹਲਾ ਰੌਲਾ ਰੱਪਾ ਵੀ ਨਹੀਂ ਪਾਇਆ ਕੋਈ ਬਾਹਲੀਆਂ ਐਨ ਪੋਸਟਾਂ ਵੀ ਨਹੀਂ ਪਾਈਆਂ ਵੀਰਾਂ ਨੇ ਪਰ ਅੱਜ ਐਨ ਸਨਮਾਨ ਵੱਡੇ ਕਰਦੇ ਹੈ ਮੇਲਾ ਵੀ ਸਫਲ ਹੋ ਗਿਆ ਹੈ ਹੁਣ ਐਨ ਮੈਚ ਜਿਹੜਾ ਲਾਸਟ ਅੱਜ ਦੇ ਖੇਡ ਮੇਲੇ ਦਾ ਖੇਡਿਆ ਜਾ ਰਿਹਾ ਹੈ ਲਾਸਟ ਬਟ ਨਾਟ ਦ ਲੀਸਟ ਮੈਚ ਫਾਈਨਲ 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 ਨਹੀਂ ਨਹੀਂ ਮਲਕੀਤ ਚੱਲ ਪਿਆ ਕੰਮ ਉਧਰ ਗੁਰਪ੍ਰੀਤ ਬਾਈ ਕਹਿ ਰਿਹਾ ਮੋਟੂ ਦਾ ਜਿੱਡਾ ਕਰਦਾ ਹੈ ਉਹਦੇ ਕੱਪ ਨਾਲ ਸਨਮਾਨ ਕਰਦਾਂਗੇ ਧੂੜਗੋੜ ਦੇ ਵੱਡੇ ਮੇਲੇ ਦੇ ਵੱਡੇ ਸਨਮਾਨ ਇੱਧਰ ਬਾਈ ਗੁਰਪ੍ਰੀਤ ਕਹਿ ਰਿਹਾ ਹੈ ਜੇਕਰ ਫਾਈਨਲ ਮੈਚ ਟੀਮ ਨੂੰ ਜਿਤਾਵੇ ਆਪਣੀ ਨੂੰ ਤੇ ਜਿੱਤ ਕੇ ਭੰਗੜਾ ਪਾਵੇ ਨਾ
ਤੇ ਫਿਰ ਆਪਾਂ ਜਿੱਡਾ ਕੱਦ ਹੈ ਮੁੰਡੇ ਦਾ ਉਹਦਾ ਕੱਪ ਦੇ ਦਿਆਂਗੇ, ਉਹਦਾ ਕੱਪ ਦੇ ਦਿਆਂਗੇ। ਪਰ ਸਾਹਮਣੇ ਜੋਗੀਆਂ ਦਾ ਮੁੰਡਾ ਬੀਨ ਵਜਾਉਣ ਲੱਗ ਗਿਆ, ਹੁਣ ਕੱਪ ਵਾਲਾ ਕੰਮ ਇਹਨੂੰ ਔਖਾ ਲੱਗਦਾ ਹੈ, ਪਰ ਜੇ ਜਿੱਤਦੀ ਹੈ ਟੀਮ ਤੇ ਫਿਰ ਧੂੜਗੋੜ ਦੇ ਵੱਡੇ ਕੱਪ ਦੇ ਮਾਣ ਸਨਮਾਨ ਕੀਤੇ ਜਾਣੇ ਹੈ। ਲਓ ਕੋਈ ਸਾਹਿਬ ਆ ਗਏ ਹੈ, ਨੰਬਰ ਕਿੰਨੇ, ਚਾਰ ਛੇ, ਚਾਰ ਨੰਬਰ ਜਿਹੜੇ ਰੋਡਿਆਂ ਦੇ, ਛੇ ਪੁਆਇੰਟ ਜਿਹੜੇ ਆ, ਆਓ ਸਾਹਮਣੇ ਵਾਹ ਮੁੰਡੇ ਆ, ਚਾਰ ਤੇ ਛੇ, ਚਾਰ ਤੇ ਛੇ, ਚਾਰ ਤੇ ਛੇ, ਆਓ ਚੱਕਾ ਵਾਲਾ, ਚੱਕਾ ਵਾਲਾ ਆਓ ਸਾਹਮਣੇ। ਮੁੱਲਾਪੁਰ ਕਾਖੇ ਦੇ ਏਰੀਏ ਚੋਂ ਆਇਆ ਹੋਇਆ ਹੈ, ਕਿ ਪਿੰਡ ਪੜ੍ਹਾਉਂਦੀ ਹੁੰਦੀ ਸੀ ਮੈਂ ਟਿਊਸ਼ਨ ਜਦੋਂ ਜਵਾਕਾਂ ਨੂੰ, ਉਦੋਂ ਦੀ ਸੋਚਾਂ ਜੰਨ ਧੂਰੀ ਤੋਂ ਆਵੇ ਮੁੱਲਾਪੁਰ ਤਾਖਾ ਨੂੰ। ਆਓ ਕਹਿੰਦੇ ਤਾਖੇ ਦੇ ਏਰੀਏ ਦਾ ਖਿਡਾਰੀ ਹੈ, ਦੁਨੀਆਂ ਦਾ ਕਹਿੰਦੇ ਰੁਸਤਮ ਜੋਗਾ ਹੈ, ਦੁਨੀਆਂ ਦਾ ਮਹਾਨ ਖਿਡਾਰੀ ਵਾਲੀਬਾਲ ਦਾ ਪੁੱਜਿਆ ਹੋਇਆ ਹੈ। ਆ ਕਹਿੰਦੇ ਪ੍ਰਾਣਾ ਦਾ ਮੁੰਡਾ ਅਗਲੀ ਸਰਵਿਸ ਕਰ ਗਿਆ ਹੈ, ਸਰਦਾਰ ਲਾਹੌਰ ਸਿੰਘ ਪ੍ਰਾਣ ਨੂੰ ਮਾਣਾ ਆਪਣੇ ਪੁੱਤਰ ਦੀ ਖੇਡਦੇ ਹੈ। ਜੇਕਰ ਥੰਬਨਲ ਦੀ ਟੀਮ ਜਿੱਤ ਗਈ ਹੈ ਤੇ ਮੋਟੂ ਦਾ ਮਾਣ ਵੱਡਾ ਕੀਤਾ ਜਾਣਾ ਹੈ, ਪਰ ਜਿੱਤਣਾ ਬੜਾ ਜ਼ਰੂਰੀ ਹੈ। ਆਓ ਸਾਹਮਣੇ ਜੁੱਪਾ ਕਹਿੰਦੇ ਬੱਲੇ ਬੱਲੇ ਕਰਾਇਆ ਹੈ, ਆਹ ਹਰਮਨ ਹੈ ਸਿਰਗੇ ਵਾਲੇ ਪਿੰਡ ਦਾ, ਜਿਸ ਸਰਦਾਰ ਨੇ ਟਰਾਈ ਕੀਤੀ ਹੈ, ਇਹ ਮੁੱਖ ਮੰਤਰੀ ਹੈ ਕਹਿੰਦੇ ਵਾਲੀਬਾਲ ਦਾ, ਇਹ ਦੇਵ ਦੇ ਪਿੰਡਾਂ ਦਾ, ਇਹ ਸਾਡੇ ਮਨਿੰਦਰ ਫੌਜੀ ਦੇ ਪਿੰਡਾਂ ਦਾ। ਗੱਲਾਂ ਕਹਿੰਦੇ ਰਵੀ ਵਰਗਿਆਂ ਨੇ ਟਿਕਾਣੇ ਲਾਈਆਂ ਹੋਈਆਂ ਨੇ, ਲਓ ਚੈਣਾ ਟਰਾਈ ਕਰਦਾ, ਟੀਮਾਂ ਦੋਵੇਂ ਹੁਣ ਬਿਲਕੁਲ ਬਰਾਬਰ ਦੀਆਂ ਟੀਮਾਂ ਨੇ। ਉਧਰ ਪੰਜਾਬ ਦੀ ਜਿੱਤ ਜਾਣ ਵਾਲੀਬਾਲ ਸ਼ੂਟਿੰਗ ਦੇ ਜ਼ਰੀਏ ਦੁਨੀਆਂ ਕਹਿੰਦੇ ਆਨੰਦ ਮਾਣ ਰਹੀ ਹੈ, ਹਰਦੀਪ ਕਲੱਬ ਭਾਗਪੁਰ ਦੇ ਜ਼ਰੀਏ ਗੱਲ ਚੱਲ ਰਹੀ ਹੈ, ਵਾਲੀਬਾਲ ਸ਼ੂਟਿੰਗ ਆਸ਼ਕ ਪੇਜ ਦੇ ਜ਼ਰੀਏ ਦੂਰ ਦੂਰ ਸੰਗਤ ਬੈਠੀ ਹੈ। ਧੰਨਾ ਸਾਡਾ ਵੀਰ ਕਹਿ ਰਿਹਾ ਕੈਨੇਡਾ ਵਾਲਾ, ਵੱਡੇ ਮਾਣ ਮੱਖਣ ਦੇ ਮਿੰਟੂ ਦੇ ਕੀਤੇ ਜਾਣਗੇ। ਆਓ ਸਾਹਮਣੇ ਅਗਲੇ ਸਾਲ 2100 ਨਾਲ ਕੱਪ ਦਿੱਤੇ ਜਾਣੇ ਹੈ, ਪਰ ਨੰਬਰ ਪੰਜਵਾਂ ਜੁੜ ਗਿਆ ਮੈਨੂੰ ਲੱਗਦਾ ਹੈ, ਪੰਜ ਤੇ ਛੇ, ਪੰਜ ਤੇ ਛੇ, ਇੱਕ ਨੰਬਰ ਦਾ ਕਹਿੰਦੇ ਫਰਕ ਹੈ, ਛੇ ਦਾ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਹੈ। ਭਾਵੇਂ ਲੀਕਾਂ ਖਿੱਚਦੀਆਂ ਸਿਕੰਦਰ ਨੇ, ਅੱਤ ਕਰਾ ਗਿਆ ਪੋਰਸ, ਪਰ ਰਾਜ ਹੋਇਆ ਵੀ ਕਿਸੇ ਤੋਂ, ਮਹਾਰਾਜੇ ਰਣਜੀਤ ਵਰਗਾ ਜਿਹੜੇ ਲਾ ਕੇ ਪੱਟਾਂ ਦੇ ਥਾਪੀਆਂ ਬੜਿਆਂ ਨੇ ਮਾਰੀਆਂ, ਪਰ ਰੇਡਰ ਉੱਠਿਆ ਨਹੀਂ, ਕੋਈ ਬਾਜੇ ਦੇ ਹਰਜੀਤ ਵਰਗਾ ਰੈਡ ਬੋਲਦਾ ਦਾ ਕਹਿੰਦੇ ਨਾ ਮੀਆਂ, ਹਜ਼ਾਰ ਮੀਲ ਦਾ ਬੰਦਾ ਸਟਾਰ ਬੱਕ ਪੀ ਗਈ ਪਾੜਦਾ, ਗ੍ਰੇਟ ਏਮ ਦੀ ਕਿੱਥੇ ਰੀਸ ਕਰ ਲੂ, ਆਓ ਟਰਾਲਾ ਬੈਨ ਗਾਰਦਾ ਅਫਗਾਨੀ, ਅੱਜ ਵੀ ਥਰ ਥਰ ਕੰਬਦੇ ਆ, ਨਾਮ ਸੁਣ ਕੇ ਹਰੀ ਸਿੰਘ ਸਰਦਾਰ ਦਾ, ਉਹਨੇ 53 ਫੁੱਟ ਦਾ ਕੀ ਬੈਗ ਲਾਉਣਾ ਹੈ, ਜਿਹਨੇ ਹਾਲੇ ਤੱਕ ਲਾਇਸੈਂਸ ਨਹੀਂ ਲਿਆ ਕਾਰ ਦਾ, ਕੁੜਤਾ ਪਜਾਮਾ ਜੇ ਰੂਹ ਨਾਲ ਸਵਾਇਆ ਹੋਵੇ ਨਾ, ਤੇ ਕਹਿੰਦੇ ਢੂਈ ਭੰਨ ਦਿੰਦਾ ਜੀਨ ਦੀ, ਇੰਡੀਆ ਚ ਟਰੈਕਟਰ ਤਾਂ ਬਾਹਰੋਂ ਪੜੇ ਆ ਗਏ, ਪਰ 855 ਨੇ ਜੀਵ ਕਢਾਈ ਆ ਤੂੜੀ ਵਾਲੀ ਮਸ਼ੀਨ ਦੀ, 10 ਸਪੀਡ 13 ਸਪੀਡ ਦੇ ਆਟੋ ਦੇ ਪੜੇ ਚਲਾ ਕੇ ਦੇਖ ਲਏ, ਪਰ ਨਜ਼ਾਰਾ ਦਿੱਤਾ ਨੀ ਕਿਸੇ ਨੇ, 18 ਦੇ ਗੇੜ ਵਰਗਾ ਰਫਲਾਂ ਦੇ ਪੜਿਆ ਬਾਬਿਆਂ ਕੋਲੇ ਆ ਰੰਡਿਆਲੇ ਵਾਲਿਆ, ਪਰ ਤਬਕਾ ਹੈ ਨੀ ਕਿਸੇ ਦਾ, ਭਿੰਡਰਾਂ ਦੇ ਸ਼ੇਰ ਵਰਗਾ, ਪਰ ਤਬਕਾ ਹੈ ਨੀ ਕਿਸੇ ਦਾ, ਭਿੰਡਰਾਂ ਦੇ ਸ਼ੇਰ ਵਰਗਾ, ਆਹ ਰੋਟਿਆਂ ਵਾਲਾ, ਰੋਟਿਆਂ ਵਾਲਾ, ਰੋਟਿਆਂ ਵਾਲਾ, ਮੱਖਣ ਨੇ ਮੋਟੂ ਡੇਢਾ ਕਰਤਾ, ਮੱਖਣ ਨੇ ਮੋਟੂ ਡੇਢਾ ਕਰਤਾ, ਇਹਦੀ ਲਾਗਰਾਡ ਹੈ ਬਾਈ, ਮੱਖਣ ਦੀ ਲੱਗ ਰਹੀ ਆ ਮੋਟੂ ਨਾਲ, ਇਹਦੇ ਸਾਰਿਆਂ ਨੂੰ ਪਤਾ ਹੈ, ਲਾਓ ਸਾਹਮਣੇ ਮੱਖਣ ਨੇ ਮੋਟੂ ਡੇਢਾ ਕਰਤਾ, ਆਓ ਬੱਲੇ ਬੱਲੇ ਵੀ ਹੈ ਨੰਬਰ, ਹੁਣ ਕੌਣ ਜੋੜੇਗਾ, ਕੌਣ ਜੋੜੇਗਾ, ਮੁੱਖ ਮੰਤਰੀ ਮੋੜੀ ਆ, ਮੋੜੀ ਆ, ਮੋੜੀ ਆ, ਹੁਣ ਦੇ ਤੇਰੇ ਆ ਲਾਉਣੀਆਂ ਨੇ, ਲਾਓ ਸਾਹਮਣੇ ਇੱਧਰ, ਮੱਖਣਾ ਮੋਟੂ ਸੱਜੇ ਪਾਸੇ ਖੜਾ ਹੈ, ਆਓ ਸਾਹਮਣੇ ਦੇਖ ਲਾ ਹੁਣ, ਮੱਖਣਾ ਖੜਾ ਮੋਟੂ, ਆ ਖੜਾ ਮੋਟੂ, ਅੱਖਾਂ 'ਚ ਰੜਕਦਾ ਹੋਣਾ, ਅੱਖਾਂ 'ਚ ਰੜਕਦਾ ਹੋਣਾ, ਆਓ ਸਾਹਮਣੇ, ਬਾਲ ਆਊਟ ਹੈ, ਜੁੱਪਾ ਦੇ ਬਾਈਪਾਸ ਹੋ ਗਿਆ, ਉਧਰ ਜਗਦੀਪ ਭਾਈ ਆਸਟ੍ਰੇਲੀਆ ਦੇ ਨਾਲ ਜੁਗਨੂ ਦੇ ਨੰਬਰਦਾਰ ਦੀਆਂ ਕਿੰਨੀਆਂ ਬਾਲਾਂ, ਤਿੰਨ ਤਿੰਨ ਬਾਲਾਂ, ਇੱਕ ਇੱਕ 1000 ਦੀਆਂ ਹੋਣਗੀਆਂ, ਜਗਦੀਪ ਢਿੱਲੋਂ ਸਾਡਾ ਵੀਰ ਆਸਟ੍ਰੇਲੀਆ
ਤੇ ਮਨਦੀਪ ਸਾਫੂ ਵਾਲੀ ਆ ਭਰਾ ਸਾਡਾ ਕਹਿ ਰਹੇ ਨੇ ਵੱਡੇ ਮਾਣ ਹੋਣਗੇ ਜੁਗਨੂ ਦੇ ਤੇ ਸੁੱਖੇ ਨੰਬਰਦਾਰ ਦਾ ਮਾਣ ਹੋਣਾ ਹੈ ਤਿੰਨ ਵਾਲਾ ਇੱਕ ਵੇਟ ਵੇਟ ਪਰਗਟ ਭਾਈ ਇਹਦੇ ਪ੍ਰਧਾਨ ਹੈਲੋ ਹੈਲੋ ਥੰਮਣ ਮੱਖਣ ਹੈ ਕਹਿੰਦੇ ਰੋਟੀ ਇੱਕ ਅਨਾਉਂਸਮੈਂਟ ਕਰਾਇਆ ਹੈ ਵਾਹ ਮੱਖਣਾ ਤੇਰੇ ਪਿੰਡ ਦੇ ਨੰਬਰ ਹੈ ਜੋੜੀਆਂ ਖਿਡਾਰੀ ਆਪਣੀ ਇੱਕ ਮਿੰਟ ਵੇਟ ਹੈ ਮਾੜਾ ਜਿਹਾ ਨੰਬਰ ਮੇਰਾ 7-6 ਹੋ ਗਏ ਏ ਬੀ ਵੀ ਪਿੰਗ ਟ੍ਰਾਇਲ ਰੋਟੀਆਂ ਦੇ ਏ ਬੀ ਤੇ 6 ਪੁਆਇੰਟ ਪਿੰਗ ਟ੍ਰਾਇਲ ਲੱਗ ਗਿਆ ਪਤਾ ਏ ਬੀ ਵੀ ਪਿੰਗ ਟ੍ਰਾਇਲ ਹਾਂ 5500 ਜਿਹੜੀ ਟੀਮ ਨੇ ਜਿੱਤੂ ਏ ਬੀ ਵੀ ਪਿੰਗ ਟ੍ਰਾਇਲ ਟ੍ਰਾਇਲ ਲੱਗ ਗਿਆ ਪਤਾ ਚੱਲ ਕੋਈ ਨਾ ਹਰਪਿੰਦਰ ਉੱਪਲ ਵਧੀਆ ਵਧੀਆ ਵੀਰੇ ਮੈਂ ਇੱਧਰ ਆ ਮੇਰੀ ਨਿਗਾਹ ਦੇ ਤੇ ਅੱਖ ਤਾਂ ਨਹੀਂ ਮਿਲਦੀ ਕੀ ਕਰੀਏ ਤੂੰ ਉਹ ਕਦੇ ਕਦੇ ਹੀ ਭਰਾਵਾ ਉਹ ਕਰਦਾ ਸਾਡੇ ਵਰਗੇ ਦਾ ਸਾਡਾ ਨਹੀਂ ਕਿੱਥੋਂ ਨੇ ਬਾਈ ਉਹ ਪਰ ਢਿੱਲੋ ਸਾਹਿਬ ਆਪਣਾ ਹੀ ਪ੍ਰਗਟ ਦਾ ਰੈਫਰੈਂਸ ਹੈ ਪ੍ਰਗਟ ਪ੍ਰਗਟ ਦਾ ਹੀ ਉਹਦਾ ਰੈਫਰੈਂਸ ਹੀ ਹੈ ਬਸ ਇਕੱਠੇ ਬੈਠੇ ਪ੍ਰਗਟ ਬਾਈ ਨੂੰ ਨਾ ਹੈ ਇਹ ਵੀ ਵੀਪਿੰਗ ਟਾਈਮਸ ਵਾਲੇ ਵੀਰ ਕਹਿ ਰਹੇ ਨੇ ਜਿਹੜੀ ਟੀਮ ਜਿੱਤੇਗੀ ਉਹਨਾਂ ਦੇ ਲਈ ਹਾਂ ਦੋਵਾਂ ਚੋਂ ਆਪਾਂ ਦੇ ਦਿਆਂਗੇ 21,000 ਪਹਿਲਾ ਨਾਮ ਤੇ 5100 ਹੋਰ ਐਡ ਕਰ ਦਈਏ ਆਪਾਂ 21 ਤੇ 5 26,000 ਤੇ ਪੂਰਾ 100 ਬਈ ਲਓ 26,000 ਦੇ ਨੇੜੇ ਨੇੜੇ ਨਾਮ ਜਿਹੜਾ ਪਹੁੰਚ ਗਿਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ 5,000 ਭਰਾਵਾਂ ਨੇ ਹੋਰ ਐਡ ਕਰ ਦਿੱਤਾ ਹੈ ਪ੍ਰਗਟ ਹੋਣੀ ਵੀਰ ਸ਼ਬਾਯੋ ਸੁਖੂ ਤੇ ਜੁਗਨੂ ਤੇ 1500 ਹਰ ਪੁਆਇੰਟ ਤੇ ਕਿਹਦੇ ਵੱਲੋਂ ਜੀ ਪ੍ਰਗਟ ਢਿੱਲੋਂ ਵੱਲੋਂ ਪ੍ਰਗਟ ਢਿੱਲੋਂ ਵੱਲੋਂ 1500 ਸੁਖੂ ਤੇ ਜੁਗਨੂ ਦੀਆਂ ਕਿੰਨੀਆਂ ਬਾਲਾਂ ਹਰ ਪੁਆਇੰਟ ਤੇ 1500 ਹਰ ਪੁਆਇੰਟ ਤੇ 1500 ਪ੍ਰਗਟ ਢਿੱਲੋਂ ਸਾਡਾ ਵੀਰ ਕਹਿ ਰਿਹਾ ਹੈ ਸੁਖੂ ਦੇ ਜੁਗਨੂ ਦਾ ਹਰ ਇੱਕ ਨੰਬਰ ਜਿਹੜਾ 1500 ਦੇ ਮਾਨ ਸਨਮਾਨ ਕੀਤੇ ਜਾਣੇ ਆ ਉਹਨਾਂ ਵੀਰਾਂ ਵੱਲੋਂ 5100 ਢਿੱਲੋਂ ਸਾਹਿਬ ਠੀਕ ਹੈ ਪ੍ਰਗਟ ਸਾਡਾ ਵੀਰ ਕਹਿ ਰਿਹਾ 5100 ਦੇਵਾਂਗੇ ਜਿੱਤਣ ਵਾਲੀਆਂ ਟੀਮਾਂ ਦੇ ਲਈ ਵੱਡੇ ਮਾਣ ਤੇ ਸਨਮਾਨ ਜਿਹੜੇ ਕੀਤੇ ਜਾਣੇ ਹੈ ਪਰ ਖੇਡ ਦੇ ਮੈਦਾਨ ਵਿੱਚ ਸਫਲਤਾ ਕਹਿੰਦੇ ਥੰਮਣ ਵਾਲੇ ਦੇ ਖਾਤੇ ਜਾ ਜੁੜੀ ਹੈ ਸਫਲਤਾ ਕਹਿੰਦੇ ਥੰਮਣ ਦੇ ਖਾਤੇ ਫਾਈਨਲ ਆ ਬਾਈ ਫਾਈਨਲ ਠੀਕ ਹੈ ਮੇਰੇ ਮਿੱਤਰੋ ਫਾਈਨਲ ਆ ਬਾਈ ਕਹਿੰਦੇ ਨੱਥੂ ਵਾਲੇ ਪਿੰਡ ਦਾ ਪਿਆਰ ਵਰ ਪਿਆਰ ਹੈ ਅਗਲੇ ਮੇਲਿਆਂ ਦੇ ਰੱਜ ਕੇ ਖਰਾਬ ਕਰੂਗਾ ਇਹਨੂੰ ਲੋਡ ਕਰ ਲਾ ਅਗਲੇ ਮੇਲਿਆਂ ਦੇ ਤੈਨੂੰ ਤੰਗ ਬੜਾ ਕਰਨਾ ਇਹਨੇ ਤੁਸੀਂ ਖੇਡਣਾ ਵੀ ਮੈਂ ਸੁਣਿਆ ਹੁਣ ਇਕੱਠੇ ਹੀ ਹੈ ਤੇ ਮੱਖਣਾ ਮੋਟੂ ਤੰਗ ਕਰਿਆ ਕਰੂਗਾ ਆਹ ਸਾਹਮਣੇ ਮੱਖਣ ਕਹਿੰਦਾ ਟਾਈਮ ਆਊਟ ਹੈ ਖੜ ਜਾ ਆਹ ਸਲਮਾਨ ਖਾਨ ਵਾਲੇ ਐਕਸ਼ਨ ਮਾਰਦਾ ਹਾਂ ਉਦੋਂ ਦਿਲ ਲੁੱਟ ਕੇ ਲੈ ਜਾਂਦਾ ਹੈ ਆਹੋ ਬੱਲੇ ਬੱਲੇ ਹੋ ਗਈ ਤੇ ਨੰਬਰ ਦੱਸੋ ਚਾਹ ਪੱਤੀ ਵੀਰ 7-9 9-7 ਚੇਂਜ ਆ ਬਈ ਟੈਨ ਸੈਵਨ ਜੋੜ ਸਾਈਡਾਂ ਚੇਂਜ
ਉਧਰ ਸੱਤਾ ਕਹਿੰਦਾ ਆ ਜਾਓ ਮੁੰਡੇ ਉਧਰ ਆ ਜਾਓ ਸਾਰੇ ਪਰ ਐਂ ਸੱਜਾ ਕੱਟ ਕੇ ਕਿਨ ਜਿੱਤਿਆ ਜਾਣਾ ਸੁੱਖੇ ਨੂੰ ਕਹਿ ਬਾਲ ਵੀ ਲਾਏ ਕੋਈ ਕੱਟ ਤੇ ਸਾਰਾ ਹੀ ਕਿਤੇ ਥੰਮਣ ਵਾਲੇ ਦਾ ਹੈ ਪਰ ਜ਼ੋਰ ਲਾਉਣਾ ਪੈਣਾ ਹੈ ਤਾਸ਼ ਤੇ ਸੱਤ ਦਾ ਮੁਕਾਬਲਾ ਖੇਡਿਆ ਜਾ ਰਿਹਾ ਫਾਈਨਲ ਮੈਚ ਤਿੰਨ ਪੁਆਇੰਟਾਂ ਦੀ ਲੀਡ ਜਿਹੜੀ ਰੋਟਿਆਂ ਦੀ ਟੀਮ ਨੇ ਹਾਸਲ ਕਰ ਲਈ ਹੈ ਉੱਧਰ ਜਗਦੀਪ ਢਿੱਲੋਂ ਸਾਡਾ ਵੀਰ ਆਸਟ੍ਰੇਲੀਆ ਦੇ ਜੋ ਲਾਈਵ ਤੱਕ ਰਿਹਾ ਹੈ ਵੱਡੇ ਮਾਣ ਭੇਜ ਰਿਹਾ ਖਿਡਾਰੀਆਂ ਦੇ ਲਈ ਪਹਿਲਾਂ ਵੀ ਮਾਣ ਕੀਤੀ ਨਾ ਮੁੰਡਿਆਂ ਦੇ ਇਹ ਸਾਡੀ ਖੇਡ ਬਾਣੀ ਵੱਲ ਦੇ ਉਹ ਹੀਰੇ ਨੇ ਜਿਨ੍ਹਾਂ ਨੇ ਕਦੇ ਫੋਕੀ ਚੌਧਰ ਲਈ ਨਾਂ ਨਹੀਂ ਬੁਲਾਏ ਗੁਰਪ੍ਰੀਤ ਭਰਾ ਬੈਠਾ ਆਇਆ ਵੱਡਾ ਮੇਲਾ ਕਰਵਾ ਚੱਲਿਆ ਹੈ ਇੱਕ ਕਹਿੰਦਾ ਧੂੜ ਦੂੜ ਕਰਾਉਣਾ ਇੱਕ ਸੱਪ ਵਾਲੇ ਕਰਾਇਆ ਹੈ ਗੱਲਾਂ ਕਹਿੰਦੇ ਹੋਣਗੀਆਂ ਜਗਦੀਪ ਢਿੱਲੋਂ ਵਰਗੇ ਗੁਰਪ੍ਰੀਤ ਗਿੱਲ ਵਰਗੇ ਇਹ ਵਾਲੀਬਾਲ ਦੀ ਇੱਕ ਵਧੀਆ ਗੱਲ ਹੈ ਵਾਲੀਬਾਲ ਲਈ ਮਾਣ ਵਾਲੀ ਗੱਲ ਹੈ ਇਹ ਵੱਡੇ ਪ੍ਰਮੋਟਰ ਸਾਨੂੰ ਮਿਲ ਗਏ ਹੈ ਜਿਨ੍ਹਾਂ ਨੇ ਵਾਲੀਬਾਲ ਲਈ ਬੜਾ ਕੁਝ ਕੀਤਾ ਹੈ ਅੱਜ ਪਹਿਲੀ ਗੱਡੀ ਦਿੱਤੀ ਗਈ ਹੈ ਧੂੜਕੋਟ ਵਾਲੇ ਭਰਾਵਾਂ ਨੂੰ ਇਹ ਵੀ ਇੱਕ ਇਤਿਹਾਸ ਹੀ ਬਣ ਗਿਆ ਵਾਲੀਬਾਲ ਦਾ ਤੇ ਗੱਲਾਂ ਕਹਿੰਦੇ ਹੋਣਗੀਆਂ ਲਓ ਸਾਹਮਣੇ ਮੁੰਡਾ ਜੱਸੂ ਕਹਿੰਦੇ ਨੱਥੂ ਵਾਲੇ ਪਿੰਡ ਦਾ ਟਰਾਈ ਕਰ ਰਿਹਾ ਹੈ ਉਧਰ ਧੰਨਾ ਬਾਈ ਸਾਡਾ 200 ਦੇ ਯਾਰ ਰੋਟੀਆਂ ਦੇ ਮੱਖਣ ਦੇ ਵੀ ਵੱਡੇ ਮਾਨ ਬਾਈ ਕਹਿੰਦਾ ਆਪਾਂ ਕਰਨੇ ਆ ਆਹ ਰੋਟੀਆਂ ਦਾ ਮੱਖਣ ਵੱਡੇ ਮਾਨ ਹੋਣਗੇ ਧੰਨਾ ਜਵੰਦਾ ਬਾਈ ਸਾਡਾ 200 ਰੁਪਏ ਆ ਗਿਆ ਰੋਟੀਆਂ ਦੇ ਮੱਖਣ ਦੇ ਲਈ ਬਹੁਤ ਵੱਡਾ ਧੰਨਵਾਦ ਨੰਬਰ ਦੱਸੀ ਤੁਹਾਨੂੰ 9-10 ਧੁੱਪ ਵੀ ਆ ਗਈ ਆ ਮੌਸਮ ਵੀ ਥੋੜਾ ਖਰਾਬ ਹੋ ਗਿਆ ਪਰ ਮਿਹਰ ਕਰੇ ਪਰਮਾਤਮਾ ਮੈਚ ਫਾਈਨਲ ਬੜਾ ਤਗੜਾ ਖੇਡਿਆ ਜਾ ਰਿਹਾ ਦਸ ਦਸ ਹੋ ਗਏ ਆਪਦੇ ਡਰਾਕੀ ਨੰਬਰ ਲੈ ਗਿਆ ਹਨਾ ਆਪਦੇ ਡਰਾਕੀ ਨੰਬਰ ਲੈ ਗਿਆ ਦਸ ਦਸ ਹੋ ਗਏ ਦਸ ਦਸ ਹੋ ਗਏ ਹੈ ਮੈਚ ਬਰਾਬਰੀ ਤੇ ਆ ਮੱਖਣਾ ਤੂੰ ਆਖਿਆ ਵੀ ਬੜੀ ਵਾਲੀ ਹੈ ਕਿ ਸੁੱਖਾ ਔਖਾ ਜਦੋਂ ਮੇਰੇ ਸਾਹਮਣੇ ਆ ਗਿਆ ਨਾ ਤੇ ਘਰ ਨੂੰ ਮੈਂ ਦੱਸੂਗਾ ਪਰ ਅੱਜ ਕੁਝ ਨਾ ਕੁਝ ਕਰਨਾ ਪੈਣਾ ਮੱਖਣਾ ਤੂੰ ਕਿਹਾ ਵੀ ਬੜੀ ਵਾਲੀ ਹੈ ਪਰ ਸੁੱਖਾ ਸਾਹਮਣੇ ਫੇਰ ਆ ਗਿਆ ਹੈ ਹੁਣ 11-10 ਗਰਾਊਂਡ ਦਾ ਇੱਕ ਨੰਬਰ ਗਰਾਊਂਡ ਤਾਂ ਬੜਾ ਵਧੀਆ ਸੀ ਨਹੀਂ ਇੰਨੀ ਤਾਂ ਨਹੀਂ ਆਉਂਦਾ ਧੂਰਕੋਟ ਟੂਰਨਾਮੈਂਟ ਦੀਪ ਸਰਾਂ ਹਾਈ ਡੇਟ ਫਿਕਸ ਹੋਈ ਨਹੀਂ ਬਾਈ ਧੂਰਕੋਟ ਦੀ ਦੂਜੀ ਸਾਈਡ ਤੇ ਰੋਡੇ
ਉਧਰ ਕਾਲੀਆਂ ਦਾ ਗੁਰੀ ਕਹਿ ਰਿਹਾ ਜੇ ਰੋਟੀਆਂ ਦਾ ਮੱਖਣ ਘਰ ਨੂੰ ਹਥੌੜੀ ਬਣਾਵੇ ਕਹਿੰਦਾ 100 ਦੇ ਦੇਵਾਂਗੇ ਆਪਾਂ ਰੋਟੀਆਂ ਦਾ ਮੱਖਣ ਜੇ ਘਰ ਨੂੰ ਹਥੌੜੀ ਬਣਾਉਂਦਾ 100 ਕਾਲੀਆਂ ਦਾ ਗੁਰੀ ਕਹਿੰਦਾ ਆਪਾਂ ਦੇ ਦੇਣਾ ਹੈ ਲੈ ਵੀ ਸੁੱਖਿਆ ਆਓ ਮੱਖਣ ਤੇਰੇ ਸਾਹਮਣੇ ਖੜਾ ਮੱਖਣ ਤੇਰੇ ਸਾਹਮਣੇ ਖੜਾ ਹੈ ਲੈ ਵੀ ਮੱਖਣਾ ਇੱਕ ਪਾਸੇ ਸੁੱਖੂ ਦੇ ਉਹਦੇ ਮਗਰ ਮੋਟੂ ਆ ਓਏ ਹੁਣ ਸਾਹਮਣੇ ਬਾਲਾ ਲਾਵੇ ਤਗੜਾ ਹੋ ਗਏ ਗੱਲ ਫੇਰ ਬਣਦੀ ਹੈ ਜਾਂ ਫਿਰ ਚੁੱਪੇ ਨੂੰ ਕਹਵੇ ਕਿ ਉਸਤਾਦਾ ਮੈਚ ਇੱਕ ਪਾਸੇ ਆ ਪਰ ਮੋਟੂ ਤੇ ਸੁੱਖੂ ਲੋਡ ਕਰਨੇ ਬੜੇ ਜ਼ਰੂਰੀ ਨੇ ਅੱਜ ਅੱਜ ਨੰਬਰਵਾਰ ਤੇ ਮੋਟੂ ਲੋਡ ਕਰਨੇ ਪੈਣੇ ਆ ਆਓ ਚੱਕਲਾ ਜੂਪਾ ਆਓ ਬੱਲੇ ਆਓ ਬੱਲੇ 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 ਆਓ ਰੱਬਾ ਆਓ ਰੱਬਾ ਮੇਰਿਆ ਇੱਥੇ ਰੱਖ ਸਵਾਲ ਕਿਵੇਂ ਵੱਖਰਾ ਹੈ ਮੈਚ ਜਿਹੜਾ ਉਹ ਫਾਈਨਲ ਖੇਡਿਆ ਜਾ ਰਿਹਾ ਹੈ ਕਿ ਪੰਜ ਦਰਿਆਵਾਂ ਦੀਆਂ ਪੱਤਣਾ ਹੰਗਾਲੀਆਂ ਪੈੜਾਂ ਉਹਦੀ ਚੀਨੀ ਦੀਆਂ ਲੱਭੀਆਂ ਨੀ ਭਾਲੀਆਂ ਚੰਨ ਦੇ ਉਦਾਸੀ ਜਾਪਦੀ ਪਏ ਲੱਭ ਦੇ ਅੰਬਰ ਦੇ ਧਾਰੇ ਉਹ ਫੁੱਲਾਂ ਵੇ ਬਹਾਰ ਦਿਆ ਚੰਗੇ ਲੱਗਦੇ ਨੀ ਤੇਰੇ ਵੇ ਖਿਲਾਰੇ ਉਹ ਫੁੱਲਾਂ ਵੇ ਬਹਾਰ ਦਿਆ ਨੰਬਰ ਸੋਨੂੰ ਦੱਸ ਬਈ 14-11 ਮਾਣ ਤੇ ਸਨਮਾਨ ਜਿਹੜੇ ਕੀਤੇ ਜਾਣੇ ਹੈ ਸਾਡਾ ਵੀਰ ਕਹਿ ਰਿਹਾ ਕਾਲੀ ਵਾਲੇ ਪਿੰਡ ਦਾ ਆਹ ਮਾਣ ਕੀਤੇ ਜਾਣੇ ਹੈ 14-11 ਦਾ ਮੁਕਾਬਲਾ ਹੈ ਹੁਣ 15ਵੇਂ ਦੀ ਟਰਾਈ ਮੁੰਡਿਆਂ ਨੇ ਕਰ ਦਿੱਤੀ ਹੈ ਪਰ ਬਾਬਾ ਜੁਗਨੂੰ ਤੰਤਰ ਮੰਤਰ ਗਲਤ ਮਾਰ ਬੈਠਾ ਹੈ ਐਨ ਗੁਰੀ ਟੈਨਸ਼ਨ ਨਾ ਲੈ ਤੂੰ ਭਾਵੇਂ ਬਾਹਰ ਨਾ ਹੀ ਲੱਗੇ 200 ਨਹੀਂ ਹੁਣ ਤੇਰਾ ਸੁੱਕਾ ਜਾਣ ਦੇਣਾ ਆਪਾਂ 100 ਮੱਖਣ ਨੂੰ ਤੇ 100 ਗੁਰੀ ਨੂੰ ਦਬਾ ਦਾਂਗੇ ਵੰਡ ਵਰਤ ਕੇ ਗੱਲਾਂ ਕਹਿੰਦੇ ਹੋਣਗੀਆਂ ਲਾਓ ਚੱਕਾ ਦਾ ਕਹਿੰਦੇ ਜੂਪਾ ਅਗਲੀ ਸਰਵਿਸ ਕਰ ਗਿਆ ਖੇਡ ਦੇ ਮੈਦਾਨ ਵਿੱਚ 11-14 ਦੀ ਟੱਕਰ ਹੈ ਹੁਣ 12ਵਾਂ ਨੰਬਰ ਕੌਣ ਜੋੜੇਗਾ ਉਹਦੇ ਸਮਾਂ ਦੱਸੇਗਾ ਐਵੀ ਕਹਿਣਿਆ ਧੂੜ ਕੋਈ ਪੱਟੀ ਗੱਲ ਤੇਰੇ ਦੇ ਖੜੀ ਹੈ ਮਿੱਤਰਾ ਬੜਾ ਮਿਹਨਤੀ ਇਨਸਾਨ ਹੈ ਕਹਿਣਾ ਰੋਟਿਆਂ ਦੀ ਧਰਤੀ ਦਾ ਬੜਾ ਮਿਹਨਤੀ ਇਨਸਾਨ ਹੈ ਬੜਾ ਸੰਘਰਸ਼ ਕੀਤਾ ਹੈ ਪਰ ਉਹ ਸਾਹਮਣੇ ਪੰਦਰਾਂ ਤੇ ਗਿਆਰਾਂ ਦਾ ਮੁਕਾਬਲਾ ਹੈ ਹੁਣ ਸੋਹਣੇ ਦੀ ਡਰਾਈ ਮੁੰਡਿਆਂ ਨੇ ਜਿਹੜੀ ਵੱਡੀ ਕਰ ਦਿੱਤੀ ਹੈ 15 ਨੰਬਰ ਕਹਿੰਦੇ ਥੰਮਣ ਵਾਲੇ ਦੇ ਹੈ 11 ਨੰਬਰ ਰੋਂਦਿਆਂ ਦੇ ਹੈ ਮੱਖਣ ਫੇਰ ਸੈਂਟਰ ਚ ਆ ਗਿਆ ਹੈ ਪਰ ਪ੍ਰਾਣ ਕਹਿੰਦੇ ਵੇਰਿਆ ਫਿਰਦਾ ਹੈ ਆਓ ਬੱਲੇ 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 ਪ੍ਰਾਣ ਵੇਰਿਆ ਫਿਰਦਾ ਬਾਬਾ ਕਾਬੂ ਹੋ ਜਾ ਸਾਰਾ ਪਿੰਡ ਬੈਠਾ ਹੈ ਤੇ ਐਨ ਗੱਲ ਨਾ ਹੁਣ ਤੀਰ ਨਾਲੋਂ ਤੇਜ ਵੱਜਣੀ ਹੈ ਤੇਰੇ ਹੁਣ ਤਕੜਾ ਹੋ ਜਾ ਪਰ ਪਿੰਡ ਵੀ ਨੇੜੇ ਹੀ ਹੈ ਮੋਟੂ ਬੇਫਿਕਰ ਹੋ ਗਿਆ ਮੱਖਣਾ ਮੋਟੂ ਬੇਫਿਕਰ ਹੋ ਕੇ ਖੜ ਗਿਆ ਹੁਣ ਬਾਹਰ ਲਾਉਣੀ ਪੈਣੀ ਹੈ 11-15 ਦੀ ਟੱਕਰ ਹੈ ਲਾਓ ਸੁੱਖਾ ਤੇ ਮੱਖਣ ਮੱਖਣ ਤੇ ਸੁੱਖਾ ਮੋਟੂ ਤੇ ਮੱਖਣ ਦੇ ਨਾਲ ਜੁਗਨੂ ਹੈ ਪਰ ਮੁੱਖ ਮੰਤਰੀ ਦਾ ਡਿਫੈਂਸ ਵੀ ਹੈ ਕਹਿੰਦੇ ਮੰਨਿਆ ਪਰ ਮੰਨਿਆ ਹੈ ਚੱਕਾ ਦਾ ਕਹਿੰਦੇ ਉਸਤਾਦ ਵੀ ਫਿੱਟ ਹੋਇਆ ਫਿਰਦਾ ਹੈ ਲਾਓ ਬੱਲੇ ਬੱਲੇ ਹੋ ਗਈ ਹੈ ਇੱਧਰ ਆਓ ਖੇਡ ਦੇ ਮੈਦਾਨ ਵਿੱਚ ਜੋਰ ਕਹਿੰਦੇ ਲੱਗ ਗਿਆ ਚੋਬਰਾਂ ਦਾ ਆਓ ਬੱਲੇ ਬੱਲੇ ਕਹਿੰਦੇ ਸਾਫੂ ਵਾਲੇ ਪਿੰਡ ਦਾ ਮੇਲਾ ਹੁਣ ਫਾਈਨਲ ਦੀ ਟੱਕਰ ਜਿਹੜੀ ਉਹ ਖੇਡੀ ਜਾ ਰਹੀ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਖੇਡ ਦੇ ਮੈਦਾਨ ਵਿੱਚ ਖਿੱਚ ਦੀ ਲਕੀਰ ਹੁਣ ਪਤਾ ਲੱਗੂ ਉਹ ਕਿਹਦਾ ਤਗੜਾ ਸਰੀਰ ਮੱਖਣ ਕਹਿੰਦਾ ਚੁੱਕਿਆ ਹੁਣ ਤਗੜਾ ਗਿਆ ਟੋਡੀਓ ਤਗੜਾ ਹੋ ਜਾ ਗੱਲ ਫੇਰ ਜਿਹੜੀ ਟਿਕਾਣੇ ਲੱਗਣੀ ਹੈ ਸਰਵਿਸ ਇੱਕ ਵਾਰ ਫਿਰ ਤੋਂ ਚੇਂਜ ਹੈ ਜੁਗਨੂੰ 2-3 ਗਲਤੀਆਂ ਤੇਰੀਆਂ ਆ ਨੰਬਰ ਤੇ ਹੋ ਗਈਆਂ ਨੇ ਹੁਣ ਨਾ ਗਲਤੀ ਕਰਦੀ ਹੁਣ ਨਾ ਗਲਤੀ ਕਰਦੀ ਮੈਨੂੰ ਐਂ ਕਿਉਂ ਲੱਗਦਾ ਇਹ ਫੇਰ ਗਲਤੀ ਕਰੂਗਾ ਮੈਨੂੰ ਐਂ ਕਿਉਂ ਲੱਗਦਾ ਇਹ ਫੇਰ ਗਲਤੀ ਕਰੂਗਾ
ਪਰ 15 ਤੇ 11 ਦੀ ਟੱਕਰ ਹੈ ਹੁਣ 16ਵਾਂ ਨੰਬਰ ਜਿਹੜਾ ਇੱਕ ਵੱਖਰਾ ਵੱਖਰਾ ਸਵਾਲ ਬਣਿਆ ਬੈਠਾ ਹੈ ਆਓ ਭੱਲੇ ਬੋਲਦੇ ਵਾਲਿਆ ਭੱਲੇ ਉਹ ਬੋਲਦੇ ਵਾਲਿਆ ਨਹੀਂ ਉਲੀਸਾ ਇੱਧਰ ਘਣ ਕਹਿੰਦੇ ਚੜ ਚੜ ਕੇ ਬਾਲਾਂ ਲਾ ਰਿਹਾ ਹੈ ਆਓ ਚੜ